ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਅੱਜ ਦੀ ਵੀਡੀਓ ਦੇ ਵਿੱਚ। ਵੀਰ ਜੀ, ਅੱਜ ਆਪਾਂ ਤੁਹਾਨੂੰ ਦੋ ਟ੍ਰੇਲਰ ਦਿਖਾਵਾਂਗੇ ਜੀ, ਮੋਡੀਫਾਈਡ ਟ੍ਰੇਲਰ ਨੇ ਜੀ ਦੋਨੋਂ। ਆਹ ਆਪਣਾ ਰੋਇਲ ਬਲਿਊ ਬਹੁਤ ਪਿਆਰਾ ਕਲਰ ਹੈ ਜੀ, 14 ਫੁੱਟ ਸਾਈਜ਼ ਹੈ ਜੀ ਰੋਇਲ ਬਲਿਊ ਕਲਰ। ਆਹ ਆਪਣਾ ਲਾਲ ਰੰਗ ਹੋ ਗਿਆ ਜੀ, ਰੈੱਡ ਕਲਰ ਮਹਿੰਦਰਾ ਅਰਜਨ ਸਪਰਾਜ ਵਾਲਾ ਰੰਗ ਹੋ ਗਿਆ ਜੀ। ਇਹ ਆਪਣਾ 12x6 ਫੁੱਟ ਹੈ ਜੀ। ਦੋਨੋਂ ਟਰਾਲਿਆਂ ਦਾ ਵੀਰ ਜੀ ਰਿਵਿਊ ਕਰਾਵਾਂਗੇ, ਵੀਡੀਓ ਪੂਰੀ ਦੇਖਿਓ ਜੀ, ਵੀਡੀਓ ਨੂੰ ਕੱਟਿਓ ਨਾ। ਅਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਵੀਰ ਜੀ ਆਪਾਂ ਤੁਹਾਨੂੰ ਆਪਣਾ ਐਡਰੈਸ ਦੱਸ ਦਈਏ ਜੀ, ਹਰੇਕ ਵੀਡੀਓ ਦੇ ਵਿੱਚ ਦੱਸਦੇ ਹਾਂ, ਮੋਬਾਈਲ ਨੰਬਰ ਵੀ ਦੱਸਾਂਗੇ। ਆਪਣਾ ਅੰਬਾਲਾ ਸ਼ਹਿਰ ਹੈ ਜੀ, ਪੰਜਾਬ ਦੇ ਬੋਰਡਰ 'ਤੇ ਹੀ ਹੈ ਜੀ, ਪੰਜਾਬ ਹਰਿਆਣੇ ਦਾ ਬੋਰਡਰ ਹੀ ਹੈ, ਜਿੱਥੇ ਕਿਸਾਨ ਰੋਕੇ ਹੋਏ ਹੈ ਜੀ ਸੰਭੂ ਵੈਰੀਅਲ, ਉੱਥੇ ਆਪਣਾ ਉਹ ਸ਼ਹਿਰ ਹੈ ਜੀ ਅੰਬਾਲਾ। ਉੱਥੇ ਤੋਂ ਸੰਭੂ ਵੈਰੀਅਲ ਤੋਂ ਹੀ ਆਪਣੇ ਕੋਲ ਰੋਡ ਆ ਰਿਹਾ ਹੈ ਵੀਰ ਜੀ, ਭੇਵਾ ਕੈਥਲ ਹਿਸਾਰ ਰੋਡ ਜੀ, ਸਿੱਧਾ ਹਿਸਾਰ ਨਾਰਨੌਲ ਜਾ ਰਿਹਾ ਜੀ ਰੋਡ। ਰੋਡ ਦਾ ਨਾਮ ਵੀਰ ਜੀ NH 152 ਹੈ ਜੀ, NH 152 ਰੋਡ ਹੈ ਵੀਰ ਜੀ। ਇਹਦੇ 'ਤੇ ਆਪਣੀ ਵਰਕਸ਼ਾਪ ਹੈ ਜੀ, ਮੋਹਨ ਇੰਟਰਪ੍ਰਾਈਜ਼ ਟਰਾਲੀ ਐਗਰੀਕਲਚਰ ਅੰਬਾਲਾ। ਅਤੇ ਮੋਬਾਈਲ ਨੰਬਰ ਵੀਰ ਜੀ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦਿੰਦੇ ਹਾਂ ਜੀ, ਤੁਸੀਂ ਚੱਕ ਕੇ ਫੋਟੋਆਂ ਟਰਾਲਿਆਂ ਦੀ ਵੀਡੀਓ ਮੰਗਾ ਸਕਦੇ ਹੋ ਜੀ, ਜੋ ਮਰਜ਼ੀ ਪੁੱਛ ਸਕਦੇ ਹੋ, ਜੋ ਦੱਸਣਾ ਰਹਿ ਗਿਆ ਹੋਵੇ ਲੋਕੇਸ਼ਨ ਮੰਗਾ ਕੇ ਪਹੁੰਚ ਸਕਦੇ ਹੋ, ਔਨਲਾਈਨ ਬੁੱਕ ਕਰ ਸਕਦੇ ਹੋ ਜੀ, ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਤੁਸੀਂ ਲੈ ਸਕਦੇ ਹੋ। ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਕੱਲੀ ਇਕੱਲੀ ਚੀਜ਼ ਟਰਾਲਿਆਂ ਦੀ ਦਿਖਾਵਾਂਗੇ ਜੀ, ਤਾਂ ਕਿ ਕਈ ਵੀਰ ਔਨਲਾਈਨ ਹੀ ਬੁੱਕ ਕਰਦੇ ਨੇ ਦੂਰ ਤੋਂ, ਉਹ ਫਿਰ ਇਕੱਲੀ ਇਕੱਲੀ ਚੀਜ਼ ਫੋਨ 'ਤੇ ਪੁੱਛਦੇ ਆ ਜੀ। ਫੋਨ 'ਤੇ ਦੱਸਣ ਦਾ ਅਤੇ ਵੀਡੀਓ 'ਚ ਦੇਖਣ ਦਾ ਇੱਕ ਅਲੱਗ ਹੀ ਫਰਕ ਹੈ ਜੀ, ਇਸ ਕਰਕੇ ਆਪਾਂ ਵੀਡੀਓ ਦੇ ਵਿੱਚ ਹੀ ਤੁਹਾਨੂੰ ਇਕੱਲੀ ਇਕੱਲੀ ਚੀਜ਼ ਦਿਖਾਵਾਂਗੇ। 12 ਫੁੱਟ ਟਰਾਲੇ ਤੋਂ ਸਟਾਰਟ ਕਰਦੇ ਹਾਂ ਵੀਰ ਜੀ, ਉਹ ਆਪਣਾ 14 ਫੁੱਟ ਰੋਇਲ ਬਲਿਊ, ਉਹ ਡਬਲ ਜੈਕ ਦੇ ਵਿੱਚ ਹੋ ਗਿਆ ਜੀ, 10 ਇੰਚੀ ਚਾਸੀ ਹੈ ਆਪਣਾ, 8 ਇੰਚੀ ਹੈਵੀ ਵਾਲੀ ਚਾਸੀ ਹੋ ਗਈ ਜੀ। ਇਹ ਸਿੰਗਲ ਜੈਕ ਹੋ ਗਿਆ ਜੀ, ਇਹਨੂੰ 250 ਕੁਇੰਟਲ ਵਾਲਾ ਜੈਕ ਲੱਗਿਆ ਜੀ, 5 ਸਾਲ ਦੀ ਗਰੰਟੀ ਦੇ ਵਿੱਚ ਉਹਨੂੰ 20-20 ਟਨ ਵਾਲੀ ਜੈਕ ਲੱਗਿਆ ਜੀ, ਉਹਦੀ 400 ਕੁਇੰਟਲ ਕਪੈਸਿਟੀ ਹੋ ਗਈ। ਆਹ ਦੇਖ ਸਕਦੇ ਹੋ ਵੀਰ ਜੀ, ਜਿਹੜੀ ਆ ਟਰੈਕਟਰ ਨੂੰ ਹੁੱਕ ਪੈਂਦੀ ਹੈ ਜੀ, ਆਪਣਾ 2.5 ਇੰਚੀ ਮੋਟੀ ਹੋ ਗਈ ਜੀ, 12.5-6 ਦੀ, ਉਹਦੀ ਤਾਂ ਬਹੁਤ ਮੋਟੀ ਹੈ ਵੀਰ ਜੀ, 4 ਇੰਚੀ ਹੈ ਦੇਖ ਸਕਦੇ ਹੋ ਜੀ। ਉਹਦਾ ਵੀ ਰਿਵਿਊ ਕਰਾਵਾਂਗੇ, ਪਹਿਲਾਂ ਇਹਦਾ ਦੱਸ ਦਈਏ, ਮੱਛੀ ਗੱਟ ਹੈ ਜੀ, ਮੱਛੀ ਹੁੱਕ। ਮੱਛੀ ਵੀਰ ਜੀ ਚੈੱਕ ਕਰੋ ਜੀ, ਆਪਾਂ ਨੇ ਵੱਧ ਤੋਂ ਵੱਧ ਲੰਬੀ ਕੀਤੀ ਹੋਈ ਹੈ ਜੀ, 5 ਫੁੱਟ ਦੀ ਮੱਛੀ ਹੈ ਜੀ, ਟਰੈਕਟਰ ਦੇ ਟਾਇਰਾਂ ਦੇ ਵਿੱਚ ਨਾ ਫਸੇ, ਤਾਂ ਕਿ ਕਈ ਵਾਰ ਕਟਾਈ ਬਿਲਕੁਲ ਇੱਕਦਮ ਦੀ ਕਟਾਈ ਹੁੰਦੀ ਹੈ, ਉਹਦੇ ਦੇ ਵਿੱਚ ਟਾਇਰ ਜਦੇ ਫਸ ਜਾਂਦੇ ਨੇ ਜੀ ਮੱਛੀ ਦੇ ਵਿੱਚ, ਆਪਣੀ ਮੱਛੀ ਦੇ ਵਿੱਚ ਟਾਇਰ ਨਹੀਂ ਫਸਣਗੇ, ਤੁਹਾਨੂੰ ਟਰੈਕਟਰ ਦੇ ਦਾਂਗੇ। ਜਿਵੇਂ ਮਰਜ਼ੀ ਚੈੱਕ ਕਰਿਓ, ਸਟੈਂਡ ਲੱਗਿਆ ਹੋਇਆ ਜੀ ਹੈਵੀ, ਅਤੇ ਆਹ ਆਪਣਾ ਪੌੜੀ ਲੱਗੀ ਹੋਈ ਹੈ ਜੀ ਟਰਾਲੇ ਦੀ ਟੋਰ ਲਈ। ਪੌੜੀ ਵੀਰ ਜੀ ਆਪਾਂ ਇੱਕ ਸਾਈਡ 'ਤੇ ਵੀ ਲਾਉਂਦੇ ਹਾਂ ਜੀ, ਦੇਖ ਸਕਦੇ ਹੋ, ਟਰਾਲੇ ਦੇ ਉੱਤੇ ਚੜ੍ਹਨ ਨੂੰ ਵੀ ਹੁੰਦੀ ਹੈ ਜੀ ਇਹ ਪੌੜੀ, ਅਤੇ ਆਪਣਾ ਟੋਰ ਲਈ ਵੀ ਹੁੰਦੀ ਹੈ ਟਰਾਲੇ ਦੀ। ਜੈਕ ਵਾਲਾ ਪੈਪ ਵੀਰ ਜੀ, ਜੈਕ ਦੇ ਨਾਲ ਓਰੀਜਨਲ ਕਿੱਟ ਆਉਂਦੀ ਹੈ ਜੀ, ਪੈਪ ਦੀ ਸਿਰੇ ਤੋਂ ਸਿਰੇ ਤੱਕ ਨਵਾਂ ਪੈਪ ਹੁੰਦਾ ਹੈ ਵੀਰ ਜੀ, ਕੋਈ ਪੁਰਾਣਾ, ਇੱਕ ਨਟ ਬਰਛਲ ਵੀ ਪੁਰਾਣੀ ਨਹੀਂ ਹੁੰਦੀ, ਇੱਕ ਰਬੜ ਵੀ ਇਹਨੂੰ। ਇਹ ਆਪਣਾ ਸਾਰਾ 4 ਇੰਚੀ ਬੱਤਾ ਲਾ ਕੇ ਅੰਡਰਗਰਾਊਂਡ ਕੱਢਿਆ ਹੋਇਆ ਹੈ ਜੀ ਪੈਪ। ਆਹ ਆਪਣਾ ਜੈਕ ਵਾਲੇ ਲੋਕ ਆ ਗਏ ਵੀਰ ਜੀ, ਇੱਕ ਲੋਕ ਆ ਰਿਹਾ ਜੀ, ਇੱਕ ਆ ਦੂਜੀ ਸਾਈਡ 'ਤੇ ਹੈ ਜੀ। ਆਹ ਕਈ ਵੀਰ ਪੁੱਛਦੇ ਨੇ ਜੈਕ ਵਾਲੇ ਲੋਕਾਂ ਦਾ ਕੀ ਫਾਇਦਾ ਹੈ ਜੀ, ਜੈਕ ਵਾਲੇ ਲੋਕ ਵੀਰ ਜੀ ਇਸ ਕਰਕੇ ਹੁੰਦੇ ਨੇ, ਟਰਾਲੀ ਨੂੰ ਜਾਮ ਕਰ ਦਿੰਦੇ ਨੇ ਜੀ, ਜਿਵੇਂ ਆਪਾਂ ਰੋਡ 'ਤੇ ਕਿਤੇ ਦੂਰ ਟਰਾਲੀ ਲੈ ਕੇ ਜਾਣੀ ਹੋਵੇ, ਜੈਕ ਵਾਲੀ ਟਰਾਲੀ ਹਮੇਸ਼ਾ ਉੱਪਰ ਨੀਚੇ ਹੁੰਦੀ ਹੈ ਵੀਰ ਜੀ, ਉੱਤੇ ਨੀਚੇ ਹੁੰਦੀ ਰਹਿੰਦੀ ਹੈ ਜੀ। ਇਹ ਲੋਕ ਇਹਨੂੰ ਜਾਮ ਕਰ ਦੇਣਗੇ, ਬਿਲਕੁਲ ਜਾਮ ਹੋ ਜੂਗੀ, ਐਂ ਲੱਗੂਗੀ ਕਿ ਜੈਕ ਟਰਾਲੇ ਨੂੰ ਹੈ ਹੀ ਨਹੀਂ, ਜਾਮ ਕਰ ਦੂਗੀ ਬਿਲਕੁਲ। ਇਹ ਲੋਕ ਦੇਖੋ ਵੀਰ ਜੀ, ਕਈ ਟਰਾਲਿਆਂ ਦੇ ਪਾਰਟ ਜਾਂਦੇ ਨੇ, ਆਪਣੇ ਸਿਸਟਮ ਦੇਖ ਸਕਦੇ ਹੋ ਕਿੰਨਾ ਹੈਵੀ ਕਰਕੇ ਲਾਇਆ ਹੋਇਆ ਜੀ। ਇਹ ਆਪਣਾ 2024 ਲਿਖਿਆ ਹੋਇਆ ਜੀ, ਅੱਜ ਹੀ ਰੈਡੀ ਹੋਇਆ ਟਰਾਲਾ, ਅਤੇ ਇਹ ਸਾਰੇ ਸਟਿੱਕਰ ਨੇ ਵੀਰ ਜੀ,
ਸਾਈਡ ਵਾਲੀ ਚਾਦਰ 12 ਗੇਜ ਹੈ ਜੀ। ਵੈਲਡਿੰਗ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਵੀਰ ਜੀ। ਆਪਣਾ ਰੱਸੇ ਵਾਲੇ ਕੁੰਡੇ ਹੋ ਗਏ ਜੀ, ਆਪਣਾ ਮਿੱਡੀ ਹੋ ਗਈ ਜੀ। ਇਹ ਮਿੱਡੀ ਆਪਣਾ ਟੋਰਲੀ ਵੀ ਹੁੰਦੀ ਆ ਵੀਰ ਜੀ, ਜਿਵੇਂ ਬਿੱਡ ਖੋਲ੍ਹ ਕੇ ਤੁਸੀਂ ਕੋਈ ਸਮਾਨ ਅੱਗੇ ਵਧਾ ਕੇ ਵੀ ਲੋਡ ਕਰ ਸਕਦੇ ਹੋ। ਮੁੱਛ ਲੱਗੀ ਹੋਈ ਹੈ ਜੀ, ਇਹਨੂੰ ਫਰਸ਼ ਜਹਾਜ਼ੀ ਆ ਟਰਾਲਿਆਂ ਨੂੰ, ਦੋਨਿਆਂ ਨੂੰ ਫਰਸ਼ ਵੀ ਦਿਖਾਵਾਂਗੇ ਤੁਹਾਨੂੰ। ਮੁੱਛ ਲੱਗੀ ਹੋਈ ਹੈ ਜੀ, ਮੁੱਛ 'ਤੇ ਸਰਦਾਰੀ ਲਿਖਿਆ ਹੋਇਆ, ਅਤੇ ਆਹ ਸਾਰਾ ਲੇਜ਼ਰ ਕਟਿੰਗ ਸਮਾਨ ਲੱਗਿਆ ਹੋਇਆ ਵੀਰ ਜੀ, ਦੇਖ ਸਕਦੇ ਹੋ। ਇਹ ਪਲੇਟਾਂ ਵੀ ਆਪਣਾ ਲੇਜ਼ਰ ਕਟਿੰਗ ਹੋ ਗਈ। ਬਿੱਡ ਦੇ ਵਿੱਚ 3 ਗੋਲ ਪੈਪ ਪਏ ਹੋਏ ਜੀ, ਚੌਥਾ ਚਕੋਰ ਹੈ, ਫੁੱਲ ਮਜ਼ਬੂਤ ਬਿੱਡ ਹੈ ਜੀ। ਜਿੰਨਾ ਮਰਜ਼ੀ ਲੋਡ ਪਾਓ, ਕੋਈ ਦਿੱਕਤ ਆ ਗਈ ਪੂਰੇ ਟਰਾਲੇ ਦੀ, 1-1 ਨਟ ਦੀ ਆਪਣੀ ਗਰੰਟੀ ਹੈ ਜੀ। ਅਤੇ ਆਪਣਾ ਇਹ ਦੇਖ ਸਕਦੇ ਹੋ ਜੀ, 50 ਦੀ ਐਂਗਲ ਹੋ ਗਈ ਜੀ। ਵੈਲਡਿੰਗ ਦੀ ਸਫਾਈ ਚੈੱਕ ਕਰ ਸਕਦੇ ਹੋ ਵੀਰ ਜੀ, ਫੁੱਲ ਫਿਨਿਸ਼ਿੰਗ ਹੈ ਜੀ ਟਰਾਲੇ ਨੂੰ। ਫਿਨਿਸ਼ਿੰਗ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਜੀ ਟਰਾਲੇ ਦੀ। ਆਪਣਾ ਨੀਚੇ ਟੂਲ ਬੋਕਸ ਆ ਗਿਆ ਜੀ, ਟੂਲ ਬੋਕਸ ਨੂੰ ਆਟੋ ਲੋਕ ਲਾਇਆ ਹੋਇਆ ਜੀ, ਕੋਈ ਸਿੰਪਲ ਟੂਲ ਬੋਕਸ ਨਹੀਂ ਹੈਗਾ, ਦੇਖ ਸਕਦੇ ਹੋ। ਅਤੇ ਆਹ ਨੀਚੇ 8-ਇੰਚੀ ਚਾਸੀ ਹੋ ਗਈ ਜੀ, ਇਹਨੂੰ ਜੈੱਕ ਹੋ ਗਿਆ ਆਪਣਾ 250 ਕੁਇੰਟਲ ਵਾਲਾ। ਜੈੱਕ ਵਾਲੀ ਪਟੀਸ਼ਨ ਚੈੱਕ ਕਰ ਸਕਦੇ ਹੋ ਵੀਰ ਜੀ, ਫੁੱਲ ਹੈਵੀ ਲਾਈ ਹੋਈ ਹੈ ਜੀ। ਜਿੰਨਾ ਮਰਜ਼ੀ ਮੱਟੀ ਦੀ ਭਰ ਦਿਉ, ਬਿੱਡ ਤੱਕ ਰੇਤੇ ਦੀ ਭਰ ਦਿਉ, ਠਾਊ ਜੈੱਕ ਆਪਣੀ ਗਰੰਟੀ, ਆਪਾਂ ਕੋਲ ਖੜ ਜਾਂਗੇ। ਅਤੇ ਆਪਣਾ 3.5 ਦੇ ਬੱਤੇ ਹੋ ਗਏ ਵੀਰ ਜੀ, ਦੇਖ ਸਕਦੇ ਹੋ। ਸਾਰਾ ਲੋਹਾ ਆਪਣਾ ISI ਮਾਰਕ ਹੈ ਜੀ, ਕੋਈ ਲੋਕਲ ਲੋਹਾ ਨਹੀਂ ਹੋ ਹੈਗਾ। 5 ਸਾਲ ਦੀ ਆਪਣੀ ਪੂਰੇ ਲੋਹੇ ਦੀ ਗਰੰਟੀ ਆ, ਦੇਖ ਸਕਦੇ ਹੋ ਵੀਰ ਜੀ। ਸਾਰੇ ਲੋਹੇ 'ਤੇ ISI ਮਾਰਕ ਦੀ ਮੋਹਰ ਮਿਲੂਗੀ, ਆ ਸਾਹਮਣੇ ਦੇਖ ਸਕਦੇ ਹੋ ਜੀ ਵੀਡੀਓ ਦੇ ਵਿੱਚ। ਅਤੇ ਡਬਲ ਟਾਇਰ ਹੋ ਗਏ ਜੀ, ਟਾਇਰ ਆਪਣਾ 20-25 ਪੈਸੇ ਹੋ ਗਏ ਜੀ। ਅਤੇ ਹੁਣ ਤੁਹਾਨੂੰ ਹਿੱਸਾ ਦਿਖਾਉਂਦੇ ਹਾਂ ਵੀਰ ਜੀ, ਪਿੱਛੇ ਦੀ ਪਿੱਛੋਂ ਹਿੱਸਾ ਆਪਣਾ 110 mm ਹੋ ਗਿਆ ਜੀ। 4 ਤੋਂ ਥੋੜ੍ਹਾ ਜਿਹਾ ਬਾਹਰ ਹੁੰਦਾ ਜੀ, 4 ਦੇ ਵਿੱਚ 100 mm ਆਉਂਦਾ ਜੀ, ਇਹ 4 ਤੋਂ ਬਾਹਰ ਹੈ ਜੀ, ਦੇਖ ਸਕਦੇ ਹੋ। ਹਿੱਸੇ ਦੀ ਫੁੱਲ ਮਜ਼ਬੂਤੀ ਕੀਤੀ ਹੋਈ ਹੈ ਵੀਰ ਜੀ, ਚਾਸੀ ਨਾਲ ਵੈਲਡ ਕਰਕੇ ਨਟ ਭੇੜੇ ਹੋਏ ਆ ਜੀ। ਆਪਣਾ ਟਾਇਰਾਂ ਵਾਲੀਆਂ ਪਲੇਟਾਂ ਆ ਗਈਆਂ ਜੀ, ਟਾਇਰਾਂ ਦੇ ਪਿੱਛੇ ਜਿਹੜੀ ਪਲੇਟ ਲਾਈ ਹੁੰਦੀ ਆ, ਜਿਵੇਂ ਗੱਡੀਆਂ ਨੂੰ ਮੈਟ ਹੁੰਦਾ ਹੈ ਵੀਰ ਜੀ ਗਾਰੇ ਵਾਲਾ, ਉਹ ਮੈਟ ਤੁਸੀਂ ਲਾ ਸਕਦੇ ਹੋ। ਅਸੈਸਰੀ ਦੀ ਦੁਕਾਨ ਤੋਂ ਮਿਲਦਾ ਹੈ ਵੀਰ ਜੀ, 100-200 ਰੁਪਏ ਦਾ ਸੌਦਾ ਹੈ ਜੀ, ਕਿਤੋਂ ਵੀ ਅਸੈਸਰੀ ਦੀ ਦੁਕਾਨ ਤੋਂ ਲੈ ਕੇ ਲਾ ਸਕਦੇ ਹੋ ਤੁਸੀਂ। ਆਪਾਂ ਨੇ ਜਗ੍ਹਾ ਛੱਡੀ ਹੋਈ ਹੈ ਜੀ, ਆਹ ਲਾਈਟਾਂ ਦੀ ਜਗ੍ਹਾ ਹੋ ਗਈ ਜੀ, ਇਹਨਾਂ ਦੇ ਵਿੱਚ ਲਾਈਟਾਂ ਫਿੱਟ ਕਰਾ ਸਕਦੇ ਹੋ। ਇਲੈਕਟ੍ਰੀਸ਼ਨ ਦਾ ਕੰਮ ਹੁੰਦਾ, ਕਿਤੋਂ ਵੀ ਕਰਾ ਸਕਦੇ ਹੋ ਜੀ। ਹੱਬ ਆਪਣਾ ਵੀਰ ਜੀ ਇਹਦੀ 10 ਨਟੀ ਹੈ ਜੀ, ਵੱਡੀ ਹੱਬ ਹੈ ਵੀਰ ਜੀ। ਆਹ ਖੋਲ੍ਹ ਕੇ ਵੀਲ ਕੱਪ ਖੋਲ੍ਹ ਕੇ ਚੈੱਕ ਕਰਾ ਦਾਂਗੇ ਤੁਹਾਨੂੰ ਜਦੋਂ ਪਹੁੰਚੋਗੇ ਤੁਸੀਂ। 20x ਨੰਬਰ ਵਾਇਰਿੰਗ ਨੇ ਜੀ ਹੱਬ ਨੂੰ, ਅਤੇ ਆਹ ਵੀਲ ਕੱਪ ਲਾਏ ਹੋਏ ਆ ਜੀ। ਟਰੱਕ ਵਾਲੇ ਰਿੰਬ ਹੈ ਜੀ ਹੈਵੀ, ਆਹ ਆਪਣਾ ਟਾਇਰਾਂ ਦਾ ਕਵਰ ਕਹਿੰਦੇ ਆ ਵੀਰ ਜੀ, ਇਹਨੂੰ ਡੀ ਪਲੇਟ ਵੀ ਕਹਿ ਦਿੰਦੇ ਆ। 12 ਫੁੱਟ ਸਾਈਜ਼ ਹੈ ਜੀ ਟ੍ਰੇਲਰ ਦਾ ਵੀਰ ਜੀ। ਸਾਈਡ 'ਤੇ ਐਂਗਲਾਂ ਚੈੱਕ ਕਰ ਸਕਦੇ ਹੋ ਤੁਸੀਂ, ਇਹਨੂੰ 14 ਐਂਗਲਾਂ ਪਈ ਹੋਈਆਂ ਨੇ ਜੀ, 14 ਹੀ ਥੱਲੇ ਬੱਤੇ ਪਏ ਹੋਏ ਆ ਜੀ। ਬੱਤੇ ਦੀ ਸੀਧ ਤੋਂ ਹੀ ਐਂਗਲ 28 ਹੋਈ ਹੈ ਵੀਰ ਜੀ, ਬੇਢੰਗੀ ਟਰਾਲੀ ਬਣੀ ਹੋਈ ਨੇ, ਫੁੱਲ ਗਰੰਟੀ ਹੈ ਜੀ। ਫੁੱਲ ਆਪਣੀ ਟਰਾਲਿਆਂ ਨੂੰ ਹਰੇਕ ਬੰਦਾ ਇਹੀ ਚੀਜ਼ ਪਸੰਦ ਕਰਦਾ ਹੈ ਜੀ। ਐਂਗਲ ਦੀ ਸੀਧ ਤੋਂ, ਬੱਤੇ ਦੀ ਸੀਧ ਤੋਂ ਹੀ ਐਂਗਲ 28 ਹੋਈ ਹੈ ਜੀ, ਪੂਰੀ ਮਜ਼ਬੂਤੀ ਕਰਕੇ ਥੱਲੇ ਵੈਲਡ ਕਰਕੇ। 14 ਐਂਗਲਾਂ ਨੇ, 14 ਹੀ ਥੱਲੇ ਬੱਤੇ ਨੇ, 4-4 ਸਪੋਟਾਂ ਪਾਈ ਹੋਈਆਂ ਨੇ ਵੀਰ ਜੀ, 4-ਇੰਚੀ ਬੱਤੇ ਦੀਆਂ, ਟਰਾਲੀ ਦੀ ਮਜ਼ਬੂਤੀ ਲਈ, ਚਾਹੇ ਪੱਥਰ ਲੱਦ ਲਓ JVC ਨਾਲ। 4 ਸਪੋਟਾਂ ਇਹ ਹੋ ਗਈਆਂ ਵੀਰ ਜੀ, ਦੇਖ ਸਕਦੇ ਹੋ। ਪਹਿਲੀ ਸਪੋਟ ਤਾਂ ਇਹ ਰਹੀ ਜੀ, ਇਹ ਆਪਣਾ ਲੇਜ਼ਰ ਕਟਿੰਗ ਹੋ ਗਿਆ ਜੀ ਸਾਰਾ। ਪਹਿਲੀ ਸਪੋਟ ਆ ਰਹੀ ਜੀ, ਦੂਜੀ ਸਪੋਟ ਵੀਰ ਜੀ ਆ ਰਹੀ ਜੀ ਟਾਇਰਾਂ ਦੇ ਅੱਗੇ, ਤੀਜੀ ਟਾਇਰਾਂ ਦੇ ਪਿੱਛੇ ਹੈ ਜੀ, ਚੌਥੀ ਲਾਸਟ ਦੇ ਵਿੱਚ ਹੈ ਵੀਰ ਜੀ। ਦੂਜੀ ਸਾਈਡ 'ਤੇ ਵੀ 4 ਸਪੋਟਾਂ ਨੇ ਜੀ, ਆਹ ਦੇਖ ਸਕਦੇ ਹੋ। ਬਿੱਡ ਆਪਣਾ ਇਹਦਾ 2.5 ਫੁੱਟ ਹੈ ਜੀ, ਬਾਡੀ 2 ਫੁੱਟ ਹੈ, ਡਾਲਾ ਦੁਫਾੜ ਹੈ ਜੀ।
ਰੇਟ ਵੇਟ ਸਭ ਚੀਜ਼ ਦੱਸਾਂਗੇ ਵੀਰ ਜੀ ਤੁਹਾਨੂੰ। ਡਾਲਾ ਦੁਫਾੜ ਹੈ ਜੀ ਫਰਸ਼ 'ਤੇ ਵੀਰ ਜੀ, ਕਈ ਵੀਰਾਂ ਦੀ ਡਿਮਾਂਡ ਹੁੰਦੀ ਹੈ ਕਿ ਰੰਗ ਕਰ ਦਿਆ ਕਰੋ ਫਰਸ਼ 'ਤੇ, ਕਾਲਾ ਰੰਗ ਕੀਤਾ ਹੋਇਆ ਹੈ ਜੀ। 6 mm ਮੋਟਾ ਫਰਸ਼ ਹੈ ਵੀਰ ਜੀ, ਫੁੱਲ ਮੋਟਾ ਫਰਸ਼ ਹੈ ਜੀ, ਜਹਾਜ਼ ਵਾਲਾ ਸੀਪ ਵਾਲਾ ਫਰਸ਼ ਹੈ ਜੀ, ਦੇਖ ਸਕਦੇ ਹੋ। 2 ਫੁੱਟੇ ਦੀ ਬਾਡੀ ਹੈ ਜੀ, 2.5 ਫੁੱਟ ਦਾ ਬਿੱਡ ਹੈ, ਬਿੱਡ ਦੇ ਵਿੱਚ ਜਪਾਨੀ ਜਾਲੀ ਲੱਗੀ ਹੋਈ ਹੈ ਜੀ, ਜਿਸਤੀ ਸਟੀਲੀ ਜਾਲੀ ਕਹਿੰਦੇ ਹੁੰਦੇ ਇਹਨੂੰ, ਜਪਾਨੀ ਜਾਲੀ ਹੁੰਦੀ ਹੈ ਜੀ, 155 ਰੁਪਏ ਫੁੱਟ ਵਾਲੀ। ਇਹ ਡਾਲਾ 2 ਫਾੜ ਹੋ ਗਿਆ ਜੀ, ਦੋਨੋਂ ਸਾਈਡ ਨੂੰ ਖੁੱਲੂਗਾ। ਜਿਹੜਾ ਕਲੈਚ ਲੋਕ ਹੁੰਦਾ ਵੀਰ ਜੀ, ਹਰੇਕ ਵੀਡੀਓ ਦੇ ਵਿੱਚ ਦੱਸਦੇ ਹਾਂ, ਇਹ ਲੋਕ ਇਸ ਕਰਕੇ ਹੁੰਦਾ ਜੀ ਤਾਂ ਕਿ ਕਈ ਵੀਰ ਪੁੱਛਦੇ ਨੇ ਕਿ ਜਿਹੜਾ 2 ਫਾੜ ਡਾਲਾ ਹੁੰਦਾ ਜਦੋਂ ਜੈਕ ਚੱਕਦੇ ਆ ਨੀਚੇ ਨਹੀਂ ਫਸਦਾ, ਇਸ ਕਰਕੇ ਆਪਣੇ ਕਲੱਚ ਲੋਕ ਲਾਇਆ ਹੋਇਆ ਹੈ ਜੀ, ਦੇਖ ਸਕਦੇ ਹੋ ਫਿੱਟ ਹੋ ਗਿਆ ਵੀਰ ਜੀ। ਜਿੰਨੀ ਦੋਨੋਂ ਸਾਈਡਾਂ ਦੇ ਕਲੱਚ ਲੋਕ ਲਾਇਆ ਹੋਇਆ ਹੈ ਜੀ, ਇਹ ਸਾਈਡ 'ਤੇ ਵੀ ਆਪਣਾ ਕਲੱਚ ਲੋਕ ਹੈਗਾ ਜੀ, ਦਿਖਾਉਂਦੇ ਹਾਂ ਤੁਹਾਨੂੰ ਇਹ ਸਾਈਡ 'ਤੇ ਵੀ ਲਾ ਕੇ। ਦੇਖ ਸਕਦੇ ਹੋ ਵੀਰ ਜੀ ਦੋਨੋਂ ਸਾਈਡਾਂ ਦੇ ਕਲੱਚ ਲੋਕ ਹੋ ਗਏ ਜੀ, ਜਦੋਂ ਆਪਾਂ ਇਹਨਾਂ ਨੂੰ ਪੈਰ ਨਾਲ ਦੱਬਾਂਗੇ ਤਾਂ ਹੀ ਇਹ ਖੁੱਲ੍ਹਣਗੇ ਜੀ। ਚਾਹੇ ਹੁਣ ਇਹਦਾ ਜੈਕ ਉਠਾ ਦਿਉ ਤਾਂ ਵੀ ਕੋਈ ਦਿੱਕਤ ਨਹੀਂ ਇਸ ਟਾਈਮ ਵੀਰ ਜੀ, ਚਾਹੇ ਇਹਨੂੰ 2000 ਕਿਲੋਮੀਟਰ ਲੈ ਜਾਓ ਤਾਂ ਵੀ ਕੋਈ ਦਿੱਕਤ ਨਹੀਂ ਡਾਲਾ ਖੋਲ੍ਹ ਕੇ। ਕਈ ਵੀਰਾਂ ਨੂੰ ਜਿਹੜਾ ਆਪਣਾ ਸਿੰਗਲ ਡਾਲਾ ਹੁੰਦਾ ਹੈ ਅਤੇ ਡਬਲ ਡਾਲੇ ਦਾ ਇਹੀ ਫਾਇਦਾ ਹੈ ਜੀ, ਸਿੰਗਲ ਡਾਲਾ ਕਈ ਵੀਰਾਂ ਨੂੰ ਬਿਨਾਂ ਡਾਲੇ ਤੋਂ ਫਿਰ ਉਹ ਤਾਰ ਕੇ ਰੱਖਣਾ ਪੈਂਦਾ, ਇਹਨੂੰ ਤਾਰ ਕੇ ਰੱਖਣ ਦੀ ਲੋੜ ਨਹੀਂ, ਇਹਨੂੰ ਸਾਈਡਾਂ 'ਤੇ ਐਡਜਸਟ ਹੋ ਜਾਂਦਾ, ਇਹਨੂੰ ਲੈ ਜਾਓ ਜਿੰਨੀ ਮਰਜ਼ੀ ਦੂਰ ਲੈ ਜਾਓ ਕੋਈ ਦਿੱਕਤ ਨਹੀਂ ਆਊਗੀ। ਆਹ ਆਪਣਾ ਪਿੱਛੇ ਬਿੱਡ ਵਾਲਾ ਫਰੇਮ ਹੋ ਗਿਆ ਜੀ ਜਾਲੀ ਵਾਲਾ, ਇਹਨੂੰ ਆਪਾਂ ਉੱਪਰ ਨੂੰ ਚੱਕ ਸਕਦੇ ਹਾਂ ਜੀ, ਇਹਨੂੰ ਵੀ ਤਾਰ ਕੇ ਰੱਖ ਸਕਦੇ ਹਾਂ, ਇਹਦੇ ਬੋਲਟ ਦਿੱਤੇ ਹੋਏ ਆ, ਇਹ ਕੱਟ ਹੈ ਜੀ ਇਹਦੇ ਵਿੱਚ ਫਸ ਜਾਣਗੇ, ਇਹਨੂੰ ਇਹ ਪੂਰਾ ਸਿੱਧਾ ਖੜ੍ਹਾ ਹੋ ਜਾਊਗਾ। ਪਰ ਜ਼ਿਆਦਾਤਰ ਵੀਰ ਜੀ ਇਹ ਉੱਪਰ ਵਾਲਾ ਡਾਲਾ ਤਾਂ ਆਪਾਂ ਨੂੰ ਕਦੇ ਕਦੇ ਖੋਲ੍ਹਣ ਦੀ ਲੋੜ ਪੈਂਦੀ ਹੈ, ਜਿਹੜਾ ਇਹ ਮਾਲ ਆਪਾਂ ਲੋਡ ਕਰਦੇ ਹਾਂ ਉਹ ਨੀਚੇ ਦੀ ਝਾੜ ਹੁੰਦਾ ਹੈ ਜੀ ਜੈਕ ਨਾਲ। ਇਹ ਆਪਣਾ ਲਾਈਟਾਂ ਦੀ ਜਗ੍ਹਾ ਹੋਊਗੀ ਜੀ, ਇਹ ਆਪਣਾ ਹੁੱਕ ਦੇਖ ਸਕਦੇ ਹੋ ਕਿੰਨੀ ਹੈਵੀ ਲਾਈ ਹੋਈ ਹੈ ਵੀਰ ਜੀ, ਜਿੰਨਾ ਮਰਜ਼ੀ ਲੋਡ ਦੀ ਭਰ ਕੇ ਟਰਾਲੀ ਪਿੱਛੇ ਪਾ ਲਓ, ਹੁੱਕ ਪਾਟ ਜੇ ਆਪਣੀ ਗਰੰਟੀ ਹੈ ਜੀ। ਜਦੋਂ ਆਪਾਂ ਇਹਨੂੰ ਪੈਰ ਨਾਲ ਦੱਬਾਂਗੇ ਤਾਂ ਹੀ ਇਹ ਖੁੱਲੂਗਾ ਵੀਰ ਜੀ ਡਾਲਾ। ਲੱਗ ਗਿਆ ਜੀ ਡਾਲਾ, ਆਹ ਨੀਚੇ ਦੀ ਆਪਾਂ ਇਹ ਹੈਂਡਲ ਲਾ ਕੇ ਵੀਰ ਜੀ, ਇਹ ਖੁੱਲ੍ਹਦਾ ਨਹੀਂ ਹੈਗਾ, ਗਰਾਰੀ ਵਾਲਾ ਹੁੰਦਾ ਹੈ ਜੀ ਇਹ ਡਾਲਾ, ਇਹ ਗਰਾਰੀ ਦੇ ਕਵਰ ਲਾਇਆ ਹੋਇਆ ਹੈ ਜੀ, ਇਹ ਲੱਗ ਗਿਆ। ਹੁਣ ਜੇ ਕਈ ਵਾਰ ਇੱਦਾਂ ਉਹ ਕਰਨਾ ਹੋਵੇ ਬੰਦੇ ਨੂੰ ਖੇਤ ਦੇ ਵਿੱਚ ਟਰਾਲੀ ਖੜਾਉਣੀ ਹੋਵੇ ਕਿ ਕੋਈ ਖੋਲ੍ਹ ਨਾ ਸਕੇ, ਇਹ ਨੀਚੇ ਜਿੰਦਾ ਲਾ ਸਕਦੇ ਹੋ ਜੀ, ਦੇਖ ਸਕਦੇ ਹੋ ਜਿੰਦਾ ਵੀ ਲਾ ਸਕਦੇ ਹੋ ਅਤੇ ਪਿੰਨ ਵੀ ਪਾ ਸਕਦੇ ਹੋ ਥੱਲੇ, ਖੁੱਲੂਗਾ ਨਹੀਂ ਡਾਲਾ। ਬੈਲਡਿੰਗ ਦੀ ਸਫਾਈ ਵੀਰ ਜੀ ਚੈੱਕ ਕਰ ਲਈ ਤੁਹਾਨੂੰ, ਆਹ ਇਕੱਲੀ ਇਕੱਲੀ ਐਂਗਲ ਦੇ ਮੋਹਰ ਹੈ ਜੀ, ਇਕੱਲੇ ਇਕੱਲੇ ਨਟ 'ਤੇ ISI ਮਾਰ ਕੇ ਦੀ, ਦੇਖ ਸਕਦੇ ਹੋ ਜੀ ਨਟ 'ਤੇ ਵੀ ਮੋਹਰ ਮਿਲੂਗੀ ਆਪਣੇ ਦੇ। ਆਹ ਬਾਡੀ ਦੇ ਉੱਤੇ ਪੈਪ ਪਾਇਆ ਹੋਇਆ ਜੀ, 12 ਫੁੱਟ ਨੂੰ ਜ਼ਿਆਦਾਤਰ ਆਪਾਂ ਐਂਗਲ ਪਾਉਂਦੇ ਹਾਂ, ਪਰ ਇਹ ਪੈਪ ਦਾ ਅੱਜ ਕੱਲ੍ਹ ਕਰੇਜ਼ ਚੱਲ ਰਿਹਾ ਵੀਰ ਜੀ, ਪੈਪ ਨੂੰ ਜ਼ਿਆਦਾ ਪਸੰਦ ਕਰਦੇ ਹਾਂ ਜੀ। ਇਹ ਪੀਸ ਆਪਾਂ ਨੇ ਇਸ ਕਰਕੇ ਜੇ ਕਿਸੇ ਬਾਈ ਨੂੰ ਐਂਗਲ ਦੇ ਵਿੱਚ ਚਾਹੀਦਾ ਉਹ ਵੀ ਮਿਲ ਜਾਏਗਾ, 2-4 ਦਿਨ 'ਚ ਤਿਆਰ ਕਰਦਾ ਹੈ, ਕੋਈ ਦਿੱਕਤ ਨਹੀਂ। ਆਪਣਾ ਸਾਈਡ ਵਾਲੀ ਪਲੇਟਾਂ ਹੋ ਗਈਆਂ ਜੀ, ਇਹਦੇ 'ਤੇ ਇੰਡੀਆ ਦਾ ਝੰਡਾ ਲੱਗਿਆ ਹੋਇਆ ਜੀ, ਕਿਸਾਨੀ ਦਾ ਹੈ ਜੀ, ਆਈ ਲਵ ਪੰਜਾਬ ਪਿੱਛੇ ਲੇਜ਼ਰ ਕਟਿੰਗ ਦੀਆਂ ਪਲੇਟਾਂ ਨੇ ਜੀ। ਹੁਣ ਪੇਂਟ 'ਤੇ ਗੱਲ ਆ ਗਈ ਵੀਰ ਜੀ, ਪੇਂਟ ਆਪਣਾ ਪਹਿਲੀ ਗੱਲ ਤਾਂ ਪੇਂਟ ਦੀ ਚਮਕੋ ਦੇਖ ਸਕਦੇ ਹੋ ਤੁਸੀਂ,
ਓਰੀਜਨਲ ਪੇਂਟ ਹੈ ਜੀ ਐਸਵਾ ਕੰਪਨੀ ਦਾ, ਇੱਕ ਟਰਾਲੇ ਨੂੰ 10-12 ਹਜ਼ਾਰ ਰੁਪਏ ਦਾ ਪੇਂਟ ਹੁੰਦਾ ਵੀਰ ਜੀ, ਕੋਈ ਲੋਕਲ ਪੇਂਟ ਨਹੀਂ ਹੈਗਾ, 5 ਸਾਲ ਦੀ ਆਪਣੀ ਇਹ ਪੇਂਟ ਦੀ ਗਰੰਟੀ ਹੈ ਜੀ। 12 ਫੁੱਟ ਲੰਬਾ ਹੈ ਜੀ, ਇਹ 6.5 ਫੁੱਟ ਚੌੜਾ ਹੈ, ਜੈਕ ਵਾਲਾ ਟਰੇਲਰ ਹੈ ਜੀ, ਵਜਨ ਇਹਦਾ 23 ਕੁਇੰਟਲ ਹੈ ਵੀਰ ਜੀ, 23 ਤੋਂ ਪਲੱਸ ਹੀ ਹੋ ਜਾਊਗਾ ਜੀ, 10-20 ਕਿੱਲੋ ਉੱਪਰ ਹੀ ਜਾਊਗਾ, ਨੀਚੇ ਨਹੀਂ ਰਹਿੰਦਾ। ਰੇਟ ਇਹਦਾ ਵੀਰ ਜੀ 1,95,000 ਰੁਪਏ ਹੈ ਜੀ। ਪੂਰਾ ਮੋਡੀਫਾਈ ਟਰਾਲਾ ਰੈਡੀ ਕੀਤਾ ਜੀ 12 ਫੁੱਟ ਦੇ ਵਿੱਚ, ਇੱਕ ਆਪਾਂ ਪਹਿਲਾਂ 1.85 ਵਾਲਾ ਕਰਦੇ ਸੀ ਜੀ, ਉਹਦੇ ਵਿੱਚ ਅਤੇ ਵਜਨ ਦੇ ਵਿੱਚ ਵੀ ਫਰਕ ਪਾਤਾ ਆਪਾਂ ਨੇ, ਅਤੇ ਕੁਆਲਿਟੀ ਦਾ ਵੀ ਫਰਕ ਪਾਤਾ ਜੀ। ਲੇਜ਼ਰ ਕਟਿੰਗ ਦੋਨੋਂ ਟਰਾਲਿਆਂ ਨੂੰ ਬਿੱਡ ਲੱਗੇ ਹੋਏ ਆ ਜੀ, ਪਲਾਜ਼ਮਾ ਕਟਿੰਗ ਸੇਮ ਬਿੱਡ ਨੇ ਜੀ। ਇਹ 12x6.5 ਫੁੱਟ ਸਾਈਜ਼ ਹੋ ਗਿਆ ਜੀ, ਇਹਦੀ 2 ਫੁੱਟ ਦੀ ਬਾਡੀ ਹੋ ਗਈ, 2.5 ਫੁੱਟ ਦਾ ਬਿੱਡ ਹੋ ਗਿਆ, ਵੇਟ ਹੋ ਗਿਆ ਜੀ ਇਹਦਾ 23 ਕੁਇੰਟਲ ਪਲੱਸ, ਰੇਟ ਇਹਦਾ 1,95,000 ਰੁਪਏ ਹੋ ਗਿਆ। ਬਾਕੀ ਮੌਕ ਇਹਦੇ ਘੱਟ ਵੱਧ ਹੋ ਜੂਗਾ ਵੀਰ ਜੀ, ਕੋਈ ਚੱਕਰ ਨਹੀਂ, ਮਾਣ ਆਦਰ ਤੁਹਾਡਾ ਜ਼ਰੂਰ ਕਰਾਂਗੇ, ਪਹੁੰਚੋਗੇ ਜਦ ਆਪਣੇ ਕੋਲ, ਫੋਨ 'ਤੇ ਬੁੱਕ ਕਰਨਾ ਉਹਨਾਂ ਦਾ ਵੀ ਕਰਾਂਗੇ, ਕੋਈ ਦਿੱਕਤ ਨਹੀਂ। 1,95,000 ਰੁਪਏ ਰੇਟ ਹੈ। ਇਹ ਟਰਾਲੇ ਦਾ 14 ਫੁੱਟੇ ਦਾ 2,45,000 ਰੁਪਏ ਰੇਟ ਹੈ ਵੀਰ ਜੀ, ਇਹਦਾ ਆਪਾਂ ਨੇ ਰੇਟ ਪਹਿਲਾਂ ਹੀ ਦੱਸਤਾ, ਇਹਦਾ ਵੇਟ 28+ ਹੈ ਜੀ, ਡਬਲ ਜੈਕ ਹੈ, ਅਤੇ ਹੁਣ ਇਹਦਾ ਰਿਵਿਊ ਕਰਾਉਂਦੇ ਆ, ਬਾਅਦ 'ਚ ਵੀ ਦੱਸਾਂਗੇ, ਇਹਦਾ ਵੀ ਇਕੱਲਾ ਮਾਲ ਚੈੱਕ ਕਰਾਵਾਂਗੇ ਤੁਹਾਨੂੰ ਕੀ ਮਾਲ ਲਾਇਆ ਜੀ। ਇਹ ਸਭ ਤੋਂ ਪਹਿਲਾਂ ਦੇਖ ਸਕਦੇ ਹੋ ਜੀ, ਇਹ ਜਿਹੜੀ ਹੁੱਕ ਹੈ, ਹੁੱਕ ਚੈੱਕ ਕਰੋ ਜੀ, ਟਰਾਲੇ ਦੇ ਹਿਸਾਬ ਨਾਲ 14 ਫੁੱਟ ਟਰਾਲਾ ਹੈ ਜੀ, ਹੁੱਕ ਕਿੰਨੀ ਹੈਵੀ ਹੈ ਜੀ, 4 ਇੰਚੀ ਉਹ ਹੁੱਕ ਹੈ ਜੀ, ਹਿੱਸੇ ਦੀ ਬਣਾਈ ਵੀ ਹੁੱਕ ਹੈ ਜੀ, ਕੋਈ ਲੋਕਲ ਹੁੱਕ ਨਹੀਂ ਹੈਗੀ। ਆਪਣਾ ਜੈਕ ਵਾਲਾ ਪੈਪ ਹੈ ਜੀ, ਸਾਰਾ ਅੰਡਰਗਰਾਊਂਡ ਕੱਢਿਆ ਹੋਇਆ ਪੈਪ ਹੈ ਜੀ, 4 ਇੰਚੀ ਬੱਤਾ ਲਾ ਕੇ, ਡਬਲ ਜੈਕ ਹੈ ਜੀ, ਡਬਲ ਜੈਕ ਦਾ ਪੈਪ ਹੈ, ਚੈੱਕ ਕਰ ਸਕਦੇ ਹੋ, ਡਬਲ ਜੈਕ ਦੇ ਵਿੱਚ ਟਰੇਲਰ ਹੈ, 20-20 ਟਨ ਵਾਲੇ 2 ਜੈਕ ਹੈ ਜੀ। ਆਪਣਾ ਚਾਸੀ 10 ਇੰਚੀ ਹੋ ਗਈ ਜੀ, ਇਹਨੂੰ ਮੱਛੀ ਗਾਟਾ ਹੋ ਗਿਆ ਜੀ, ਮੱਛੀ ਵੱਧ ਤੋਂ ਵੱਧ ਲੰਬੀ ਆ, ਉਹ ਵੀਡੀਓ ਦੇ ਵਿੱਚ ਦੱਸਿਆ ਜੀ ਤੁਹਾਨੂੰ, ਉਹ ਟਰਾਲੇ ਦੀ ਸੇਮ ਮੱਛੀ ਹੈ ਜੀ, ਦੋਨਾਂ ਦੀ ਲੰਬੀ ਕੀਤੀ ਹੋਈ ਆ, ਟਰੈਕਟਰ ਦੇ ਟਰਾਂ ਦੇ ਵਿੱਚ ਨਾ ਫਸੇ, ਅਤੇ ਸਟੈਂਡ ਹੈਵੀ ਹੈ ਜੀ, ਲੋਡ ਦੀ ਟਰਾਲੀ ਨੂੰ ਖੜ੍ਹਨ ਦੇ ਵਿੱਚ ਦਿੱਕਤ ਨਾ ਆਵੇ। ਆਹ ਆਪਣਾ ਜੈਕ ਵਾਲੇ ਲੋਕ ਆ ਗਏ ਜੀ, ਰੋਡ 'ਤੇ ਜਾਂਦੀ ਟਰਾਲੀ ਜੈਕ ਵਾਲੀ ਉੱਪਰ ਨੀਚੇ ਨਾ ਹੋਵੇ, ਉੱਪਰ ਨੀਚੇ ਹੁੰਦੀ ਆ ਜਿਹੜੀ ਜੈਕ ਵਾਲੀ ਟਰਾਲੀਆਂ ਖੜਕੇ ਦੇ ਵਿੱਚ ਰੋਡ 'ਚ ਡੈਕਿਆਂ ਦੇ ਵਿੱਚ, ਉਹ ਨਹੀਂ ਹੋਊਗੀ, ਜਾਮ ਕਰ ਦੇਣਗੇ ਲੋਕ, ਦੋਨੋਂ ਸਾਈਡਾਂ ਦੇ ਲੋਕ ਲੱਗੇ ਹੋਏ ਆ ਜੀ। ਲੋਕ ਇੱਕ ਵੀ ਕਾਫੀ ਹੁੰਦਾ ਵੀਰ ਜੀ, ਇਹ ਪ੍ਰਪਰ ਮਜ਼ਬੂਤੀ ਲਈ 2 ਲਾ ਦਿੰਦੇ ਆ ਜੀ। ਆਪਣਾ ਪੌੜੀ ਹੋਊਗੀ ਜੀ, ਫਰੰਟ 'ਤੇ ਪੌੜੀ, ਇੱਕ ਆਪਣਾ ਸਾਈਡ 'ਤੇ ਹੋਊਗੀ ਵੀਰ ਜੀ, ਦੇਖ ਸਕਦੇ ਹੋ। ਆਪਣਾ ਸਾਰੇ ਸਟਿੱਕਰ ਨੇ ਜੀ, ਹੱਥ ਨਾਲ ਆਪਣੇ ਕਿਸੇ ਵੀ ਟਰਾਲੇ ਨੂੰ ਲਿਖਾਈ ਨਹੀਂ ਹੁੰਦੀ ਜੀ, ਸਾਰੇ ਸਟਿੱਕਰ ਹੁੰਦੇ ਆ ਕੰਪਿਊਟਰ ਪ੍ਰਿੰਟਿੰਗ ਦੇ, ਆ ਦੇਖ ਸਕਦੇ ਹੋ ਜੀ 2024 ਲਿਖਿਆ ਹੋਇਆ। ਆਪਣਾ MEW ਹੈ ਆਪਣਾ ਵੀਰ ਜੀ, ਲੋਗੋ ਹੋ ਗਿਆ ਜੀ, ਮਾਰਕਾ ਹੋ ਗਿਆ, M ਤੋਂ ਮੋਹਨ, E ਤੋਂ ਇੰਟਰਪ੍ਰਾਈਜ਼, W ਤੋਂ ਵਰਕਸ਼ੋਪ, ਮੋਹਨ ਇੰਟਰਪ੍ਰਾਈਜ਼ ਵਰਕਸ਼ੋਪ। ਬੈਲਡਿੰਗ ਦੀ ਸਫਾਈ ਚੈੱਕ ਕਰ ਲਓ ਵੀਰ ਜੀ, 10 ਗੇਜ ਜੀ ਇਹਨੂੰ ਸਾਈਡ ਵਾਲੀ ਚਾਦਰ ਹੈ ਜੀ। ਆਪਣਾ ਰੱਸਾ ਖਿੱਚਣ ਵਾਲੀਆਂ ਰੀਲਾਂ ਹੋ ਗਈਆਂ ਜੀ, ਰੀਲਾਂ ਵੀ ਦੋਨੋਂ ਸਾਈਡਾਂ 'ਤੇ ਨੇ ਜੀ, ਉਹ ਟਰਾਲੇ ਨੂੰ ਵੀ ਰੀਲਾਂ ਲੱਗੀਆਂ ਹੋਈਆਂ ਨੇ ਜੀ, ਸ਼ਾਇਦ ਮੈਂ ਦੱਸਣੀ ਭੁੱਲ ਗਿਆ ਹੋਵਾਂ ਵੀਰ ਜੀ, ਦੇਖ ਸਕਦੇ ਹੋ ਲੇਜ਼ਰ ਕਟਿੰਗ ਦੀਆਂ ਹੀ ਰੀਲਾਂ ਨੇ ਜੀ, ਦੋਨੋਂ ਸਾਈਡਾਂ 'ਤੇ ਰੀਲਾਂ ਹੋ ਗਈਆਂ ਜੀ, ਰੱਸਾ ਖਿੱਚਣ ਵਾਲੀਆਂ। ਆਪਣਾ ਹੁੱਕ ਹੋ ਗਈ ਜੀ, ਟੋਚਨ ਹੁੱਕ, ਜਿਵੇਂ ਲੋਡ ਦੀ ਟਰਾਲੀ ਕਿਤੇ ਖੂਬ ਜੇ ਫਸ ਜੇ, ਇਸ ਸਾਈਡ ਨੂੰ ਤੁਹਾਨੂੰ ਉਹ ਮੌਕੇ 'ਤੇ ਪਤਾ ਹੁੰਦਾ ਜੀ ਕਿ ਕਿਸ ਸਾਈਡ ਨੂੰ ਖਿੱਚਣੀ ਸਹੀ ਰਹੂਗੀ, ਅਗਰ ਇਸ ਸਾਈਡ ਨੂੰ ਸਹੀ ਰਹੂਗੀ ਤਾਂ ਇਸ ਸਾਈਡ ਵੀ ਹੁੱਕ ਹੈ, ਅਗਰ ਉਸ ਸਾਈਡ ਨੂੰ ਖਿੱਚਣੀ ਸਹੀ ਰਹੂਗੀ ਉਸ ਸਾਈਡ ਵੀ ਹੁੱਕ ਹੈ, ਜਿਹੜੀ ਮਰਜ਼ੀ ਸਾਈਡ ਤੁਸੀਂ ਟਰੈਕਟਰ ਪਾ ਸਕਦੇ ਹੋ, ਖਿੱਚ ਸਕਦੇ ਹੋ। ਇਹਦੀ ਬਾਡੀ ਟਰਾਲੇ ਦੀ ਸਾਈਜ਼ 14 ਫੁੱਟ ਹੈ ਜੀ, ਇਹਦੀ ਬਾਡੀ 2.25 ਫੁੱਟ ਹੈ ਜੀ, ਬਿੱਡ ਉੱਤੇ 2.5 ਫੁੱਟ ਹੈ ਜੀ ਇਹਦਾ। ਆਪਣਾ ਮਿੱਡੀ ਹੋ ਗਈ ਜੀ, 4 ਇੰਚੀ ਬੱਤੇ ਦੀ,
ਇਹ ਟੋਰਲੀ ਹੁੰਦੀ ਆ ਵੀਰ ਜੀ, ਦੱਸਦੇ ਹੀ ਹਾਂ ਤੁਹਾਨੂੰ ਹਰੇਕ ਵੀਡੀਓ ਦੇ ਵਿੱਚ, ਅਤੇ ਮਾਲ ਵੀ ਬਿੱਡ ਖੋਲ੍ਹ ਕੇ ਕੁਛ ਵਧਾ ਕੇ ਅੱਗੇ ਲੋਡ ਕਰ ਸਕਦੇ ਹੋ। ਬਿੱਡ ਦੇ ਮੁੱਛ ਹੋ ਗਏ ਜੀ, ਤਿੰਨ ਪੈਪ ਹੋ ਗਏ, ਚੌਥਾ ਚਕੋਰ ਪੈਪ ਹੋ ਗਿਆ ਜੀ, ਫੁੱਲ ਹੈਵੀ ਬਿੱਡ ਹੈ ਜੀ, ਨਿਰਵਿਓ ਨਿਰਵੈਰ ਪਲੇਟਾਂ ਹੋ ਗਈਆਂ ਲੇਜ਼ਰ ਕਟਿੰਗ ਦੀਆਂ, ਆਪਣਾ ਸਾਰੇ ਲੋਗੋ ਲੇਜ਼ਰ ਕਟਿੰਗ ਨੇ ਜੀ, ਆਹ ਦੇਖ ਸਕਦੇ ਹੋ ਵੀਰ ਜੀ। ਹੁਣ ਆਪਾਂ ਤੁਹਾਨੂੰ ਨੀਚੋ ਦਿਖਾਉਂਦੇ ਹਾਂ ਜੀ, ਆਹ 10 ਇੰਚੀ ਚਾਸੀ ਹੈ ਜੀ, ਓਰੀਜਨਲ MC ਕੰਪਨੀ ਦੀ। ਬੱਤੇ ਵੀਰ ਜੀ ਹਰੇਕ ਬੰਦਾ 3.5 ਦੇ ਪਵਾਉਂਦਾ, ਪਰ ਆਪਾਂ 4.2 ਦੇ ਪਾਉਂਦੇ ਹਾਂ ਕਿ ਵੱਡੀ ਟਰਾਲੀ ਹੁੰਦੀ ਹੈ ਜੀ, ਲੋਡ ਵੀ ਕਈ ਵਾਰ ਜ਼ਿਆਦਾ ਪੈ ਜਾਂਦਾ। 300, 350, 400 ਕੁਇੰਟਲ ਤੱਕ ਆਪਣੀ ਟਰਾਲੀਆਂ ਨੂੰ ਕੋਈ ਪਰਵਾਹ ਨਹੀਂ ਹੁੰਦਾ ਜੀ, ਜਿੰਨਾ ਲੋਡ ਪਾ ਸਕਦੇ ਉਨਾ ਪਾਇਆ ਕਰੋ। ਆਪਾਂ ਮਜ਼ਬੂਤ ਕਰਕੇ ਚੱਲਦੇ ਹਾਂ ਪਹਿਲਾਂ ਤੋਂ ਹੀ, ISI ਮਾਰਕਾ ਲੋਹਾ ਹੁੰਦਾ ਹੈ ਜੀ ਸਾਰਾ। ਚਾਸੀ 10 ਇੰਚੀ ਹੋ ਗਈ ਜੀ, ਬੱਤੇ 4.2 ਦੇ ਹੋ ਗਏ, ਡਬਲ ਜੈਕ ਹੋ ਗਏ ਜੀ, 20-20 ਟਨ ਵਾਲੇ 5 ਸਾਲ ਦੀ ਗਰੰਟੀ ਹੈ ਜੀ। ਟਾਇਰ ਹੋ ਗਏ ਜੀ 20-25 ਪੈਸੇ, ਅਤੇ ਆਪਣਾ ਸਾਈਡ ਵਾਲਾ ਡਾਲਾ ਹੋ ਗਿਆ ਜੀ, ਬਾਜ਼ ਦੀ ਫੋਟੋ ਲੱਗੀ ਹੋਈ ਆ, ਬਾਜ਼ ਅਮਰੀਕਾ ਦਾ ਝੰਡਾ ਲੈ ਕੇ ਡਾਰੀ ਮਾਰ ਰਿਹਾ ਹੈ ਜੀ, ਪੰਜਾਂ ਦੇ ਵਿੱਚ ਝੰਡਾ ਫਸਾਇਆ ਹੋਇਆ ਦੇਖ ਸਕਦੇ ਹੋ ਅਮਰੀਕਾ ਦਾ। ਆਪਣਾ ਟੂਲ ਬੋਕਸ ਹੋ ਗਿਆ ਜੀ, ਬਿਸਤਰੇ ਪਾਉਣ ਨੂੰ ਵੱਡਾ ਟੂਲ ਬੋਕਸ ਹੈ ਵੀਰ ਜੀ, ਬਿਸਤਰਿਆਂ ਤੋਂ ਇਲਾਵਾ ਦੂਰ ਟਰਾਲਾ ਲੈ ਕੇ ਜਾਣਾ ਹੋਵੇ, ਚਾਬੀਆਂ ਪਾਨੇ ਕੁਛ ਵੀ ਐਡਜਸਟ ਕਰ ਸਕਦੇ ਹੋ, ਖਾਣ ਪੀਣ ਦਾ ਸਮਾਨ। ਟੂਲ ਬੋਕਸ ਬਹੁਤ ਵੱਡਾ ਹੈ ਜੀ, ਦੇਖ ਸਕਦੇ ਹੋ ਆਟੋ ਲੋਕ ਹੈ ਜੀ ਟੂਲ ਬੋਕਸ ਨੂੰ, ਬਾਡੀ ਉੱਪਰ ਪੈਪ ਪਾਇਆ ਹੋਇਆ ਜੀ, ਨੀਚੇ ਪਲੇਨ ਸਰੀਏ ਨੇ। ਵੈਲਡਿੰਗ ਦੀ ਸਫਾਈ ਚੈੱਕ ਕਰ ਲਓ ਵੀਰ ਜੀ, ਫੁੱਲ ਫਿਨਿਸ਼ਿੰਗ ਹੈ ਜੀ। ਪਹਿਲਾਂ ਆਪਾਂ ਫੁੱਲ, ਕਈ ਵਾਰ ਐਸਾ ਹੁੰਦਾ ਜੀ ਮਿਸਤਰੀ ਕੀ ਕਰਦੇ ਨੇ, ਇੱਥੋਂ ਭਰਤਾ ਵੈਲਡ, ਇੱਥੋਂ ਭਰਤਾ, ਨੀਚੋਂ ਭਰਤਾ, 3 ਜਗ੍ਹਾ ਤੋਂ ਭਰਦੇ ਨੇ ਜੀ ਐਂਗਲ ਕੋਲ, ਅਤੇ ਫਿਰ ਉਹਦੇ ਤੋਂ ਪੱਟੀ ਭਰ ਕੇ ਰਨ ਕਰ ਦਿੰਦੇ ਨੇ ਵੀਰ ਜੀ। ਆਪਣੇ ਟਰਾਲੇ ਨੂੰ ਫੁੱਲ ਵੈਲਡ ਭਰਿਆ ਹੋਇਆ ਜੀ, ਦੋਨੋਂ ਸਾਈਡਾਂ ਦੇ ਚੈੱਕ ਕਰਾਵਾਂਗੇ ਬਕਾਇਦਾ ਤੁਹਾਨੂੰ, ਦੋਨੋਂ ਸਾਈਡਾਂ ਦੇ ਫੁੱਲ ਵੈਲਡ ਭਰ ਕੇ ਫੁੱਲ ਗਰੈਂਡਰ ਮਾਰ ਕੇ ਜੀ, ਉਸ ਤੋਂ ਬਾਅਦ ਫਿਰ ਸਾਫ਼ ਸਫਾਈ ਕਰਕੇ ਪੱਟੀ ਭਰ ਕੇ ਫਿਰ ਪ੍ਰਾਈਮਰ ਵੱਜ ਕੇ ਫਿਰ ਪੇਂਟ ਹੋਇਆ ਹੋਇਆ ਜੀ। ਪੇਂਟ ਕੋਈ ਲੋਕਲ ਨਹੀਂ ਹੈਗਾ, ਗੱਡੀ ਦੇ ਹੱਥ ਫੇਰ ਕੇ ਦੇਖਿਓ, ਆਪਣੇ ਟਰਾਲੇ ਦੇ ਹੱਥ ਫੇਰ ਕੇ ਦੇਖਿਓ, ਐਸਵਾ ਕੰਪਨੀ ਦਾ ਓਰੀਜਨਲ ਪੇਂਟ ਹੁੰਦਾ ਜੀ, 5 ਸਾਲ ਦੀ ਬਕਾਇਦਾ ਗਰੰਟੀ ਹੁੰਦੀ ਆ। ਸਾਈਡ ਵਾਲਾ ਡਾਲਾ ਹੋ ਗਿਆ ਜੀ, ਆਪਣਾ ਟਾਇਰਾਂ ਦਾ ਕਵਰ ਹੋ ਗਿਆ ਜੀ, ਡੀ ਪਲੇਟ 10 ਨੰਟੀ, ਇਹਨੂੰ ਹੱਬ ਹੈ ਜੀ, ਹਿੱਸਾ ਬਹੁਤ ਤਕੜਾ ਇਹਦਾ, ਦੇਖ ਸਕਦੇ ਹੋ ਵੀਰ ਜੀ, ਹਿੱਸਾ ਰੇਲ ਵਾਲੇ ਤੋਂ ਵੀ ਹੈਵੀ ਹੈ ਜੀ, ਪਿਓਰ ਲੱਠੇ ਦਾ ਹਿੱਸਾ ਹੈ ਜੀ, 135 mm, ਬਹੁਤ ਹੈਵੀ ਹਿੱਸਾ ਹੈ ਵੀਰ ਜੀ, ਦੇਖ ਕੇ ਪਤਾ ਲੱਗੂਗਾ ਜੀ ਤੁਹਾਨੂੰ, ਵੀਡੀਓ ਦੇ ਵਿੱਚ ਵੀ ਦੇਖ ਹੀ ਰਿਹਾ ਹੈ ਜੀ। ਹਿੱਸੇ ਦੀ ਪੂਰੀ ਗਰੰਟੀ ਹੈ ਜੀ, ਆਪਣਾ ਜਿੰਨਾ ਮਰਜ਼ੀ ਲੋਡ ਪਾ ਦਿਓ, ਗਰੰਟੀ ਤਾਂ ਆਪਣੀ ਪੂਰੇ ਟਰਾਲੇ ਦੀ ਹੁੰਦੀ ਹੈ, ਪਰ ਹਿੱਸਾ ਇਹਨੂੰ ਬਹੁਤ ਹੈਵੀ ਲਾਇਆ ਹੋਇਆ ਜੀ, ਦੇਖ ਸਕਦੇ ਹੋ। ਆਹ ਆਪਣਾ ਪਲੇਟ ਹੋ ਗਈ ਜੀ, ਗਾਰੇ ਵਾਲੀ ਮੈਟ ਲਾਉਣ ਨੂੰ ਟਾਇਰਾਂ ਦੇ ਪਿੱਛੇ, ਅਤੇ ਸਪੋਰਟਾਂ ਲੱਗੀਆਂ ਹੋਈਆਂ ਨੇ ਵੀਰ ਜੀ, ਅਤੇ ਆਪਣਾ ਪਿੱਛੇ ਬੈਕ ਡਾਲਾ ਆ ਗਿਆ ਜੀ, ਗਰਾਰੀ ਵਾਲਾ 2 ਫਾੜ। ਕਈ ਵੀਰਾਂ ਨੂੰ ਦੂਆ ਡਾਲਾ ਚਾਹੀਦਾ ਹੁੰਦਾ ਜੀ, ਕੰਟੈਕਟ ਕਰ ਸਕਦੇ ਹੋ, ਜਿਹੜਾ ਮਰਜ਼ੀ ਤਿਆਰ ਕਰਾ ਸਕਦੇ ਹੋ, ਕੋਈ ਦਿੱਕਤ ਨਹੀਂ ਜੀ। ਜਿਵੇਂ ਆਹ ਟਰਾਲਾ ਦੇਖ ਸਕਦੇ ਹੋ, ਔਡਰ 'ਤੇ ਤਿਆਰ ਹੋਇਆ ਜੀ, ਇਹਨੂੰ ਬਾਈਆਂ ਨੇ ਡਾਲਾ ਦੂਆ ਲਵਾਇਆ ਹੋਇਆ, ਚਾਹੇ ਉੱਪਰ ਨੂੰ ਖੋਲ੍ਹੋ ਇਹਨੂੰ, ਚਾਹੇ ਨੀਚੇ ਨੂੰ ਖੋਲ੍ਹੋ, ਦੋਨੋਂ ਸਾਈਡ ਨੂੰ ਖੋਲ੍ਹੂਗਾ ਜੀ। 2 ਫਾੜ ਗਰਾਰੀ ਵਾਲਾ ਡਾਲਾ ਹੋ ਗਿਆ ਜੀ, ਫਰਸ਼ ਵੀ ਦਿਖਾਉਂਦੇ ਹਾਂ ਤੁਹਾਨੂੰ ਖੋਲ੍ਹ ਕੇ, ਦੇਖ ਸਕਦੇ ਹੋ ਵੀਰ ਜੀ, ਇਹ ਫਰਸ਼ 'ਤੇ ਆਪਾਂ ਨੇ ਰੰਗ ਨਹੀਂ ਕਰਿਆ ਜੀ, ਓਰੀਜਨਲ ਫਰਸ਼ ਹੈ ਜੀ, ਇਹ ਜਹਾਜ਼ ਵਾਲਾ, ਇਹ ਪਾਪੜੀ ਜੀ ਜੋ ਹੁੰਦੀ ਹੈ ਵੀਰ ਜੀ, ਇਹ ਜਿਹੜਾ ਸਮੁੰਦਰ ਦੇ ਵਿੱਚ ਖਾਰਾ ਆਉਂਦਾ ਉਹਦੀ ਪਾਪੜੀ ਬਣੀ ਹੋਈ ਹੈ ਜੀ, ਇਹ 2-4 ਗੇੜੇ ਲੱਗ ਕੇ ਬਿਲਕੁਲ ਸਾਫ਼ ਫਰਸ਼ ਨਿਕਲ ਜਾਣਾ ਜੀ, ਚਿੱਟਾ ਦੁੱਧ ਵਰਗਾ, ਆਹ ਦੇਖ ਸਕਦੇ ਹੋ ਇੱਦਾਂ ਦਾ ਚਿੱਟਾ ਫਰਸ਼ ਨਿਕਲੂਗਾ, ਹੋਰ ਚਿੱਟਾ ਹੋਊਗਾ ਹਲੇ।
ਚਾਹੇ ਚੌਂਕੜੀ ਮਾਰ ਕੇ ਚਿੱਟੇ ਕੱਪੜੇ ਪਾ ਕੇ ਬਹਿ ਜਿਓ, ਕੱਪੜੇ ਕਾਲੇ ਨਹੀਂ ਹੋਣਗੇ। ਇਹਦੀ ਬਾਡੀ ਦੇਖ ਸਕਦੇ ਹੋ ਵੀਰ ਜੀ, ਅੰਦਰੋਂ 2 ਫੁੱਟ ਹੈ ਜੀ, ਨਾ 2.25 ਫੁੱਟ ਬਾਡੀ ਹੈ ਜੀ, 2.5 ਫੁੱਟ ਬਿੱਡ ਹੈ, ਯਾਨੀ ਕਿ 4.5 ਫੁੱਟ ਹੋ ਗਿਆ ਜੀ ਪੂਰਾ ਬਿੱਡ ਸਮੇਤ। ਚੌਦਾਂ ਫੁੱਟ ਟਰਾਲਾ ਹੈ ਜੀ, ਇਹਨੂੰ 15 ਥੱਲੇ ਬੱਤੇ ਪਏ ਹੋਏ ਨੇ ਵੀਰ ਜੀ, 15 ਹੀ ਸਾਈਡ 'ਤੇ ਐਂਗਲਾਂ ਨੇ ਜੀ, ਗਿਣ ਸਕਦੇ ਹੋ ਵੀਡੀਓ ਦੇ ਵਿੱਚ ਇਕੱਲੀ ਇਕੱਲੀ ਐਂਗਲ ਬਕਾਇਦਾ ਦਿਖ ਰਹੀ ਹੈ ਵੀਰ ਜੀ, ਅਤੇ 1 ਫੁੱਟ ਤੋਂ ਘੱਟ ਦੇ ਐਂਗਲ ਆਈ ਹੋਈ ਹੈ ਜੀ। ਅਗਰ 1 ਬੱਤਾ ਵਧਾ ਵੀ ਦਿੰਦੇ ਵੀਰ ਜੀ, ਫਿਰ ਉਹਦੇ 'ਚ ਟੋਰ ਵਿਗੜ ਜਾਂਦੀ ਹੈ, ਜਿਹੜੀ ਐਂਗਲ ਇੱਥੇ ਹੈ ਜੀ, ਇਹ ਐਂਗਲ ਇੱਥੇ ਆ ਜਾਣੀ ਸੀ, ਇਹ ਸੋਹਣੀ ਨਹੀਂ ਲੱਗਣੀ ਸੀ ਵੀਰ ਜੀ। ਇਹ ਸਪੋਰਟਾਂ ਲਾਈ ਹੋਈਆਂ ਨੇ ਜੀ, 4-4 ਦੇਖ ਸਕਦੇ ਹੋ, ਹਰੇਕ ਟਰਾਲੇ ਨੂੰ ਲਾਉਂਦੇ ਹੀ ਆਪਾਂ ਸਪੋਰਟਾਂ। ਪਹਿਲੀ ਸਪੋਰਟ ਆ ਰਹੀ ਵੀਰ ਜੀ, ਦੂਜੀ ਰਹੀ ਜੀ, ਤੀਜੀ ਸਪੋਰਟ ਹੋ ਗਈ, ਚੌਥੀ ਸਪੋਰਟ ਹੋ ਗਈ। ਰੇਟ 2,45,000 ਰੁਪਏ ਹੈ ਵੀਰ ਜੀ, ਬਾਕੀ ਮੌਕੇ 'ਤੇ ਘੱਟ ਵੱਧ ਹੋ ਜੂਗਾ ਜੀ। 14 ਫੁੱਟ ਸਹਿਜ ਹੈ ਜੀ, ਅੰਦਰ ਅੰਦਰ ਦਾ ਸਹਿਜ ਹੁੰਦਾ ਵੀਰ ਜੀ, ਇਹ 14x7 ਫੁੱਟ ਅੰਦਰ ਅੰਦਰ ਸਹਿਜ ਹੈ ਜੀ, ਇਹ 12x6.5 ਫੁੱਟ ਇਹਦਾ ਅੰਦਰ ਅੰਦਰ ਸਹਿਜ ਹੈ ਜੀ, ਇਹਦਾ ਵੀ ਅੰਦਰ ਦਾ ਹੀ ਸਹਿਜ ਹਮੇਸ਼ਾ ਹੁੰਦਾ ਵੀਰ ਜੀ, ਬਾਹਰ ਦਾ ਕੋਈ ਸਹਿਜ ਨਹੀਂ ਹੁੰਦਾ ਜੀ, ਬਾਹਰ ਤਾਂ ਥੋੜ੍ਹੀ ਜ਼ਿਆਦਾ ਬਣੂਗੀ ਜੀ ਮਿਹਨਤ 'ਚ ਇੰਚੀ ਟੇਪ ਨਾਲ। ਇਹ ਟਰਾਲੇ ਦੀ 2.25 ਫੁੱਟ ਬਾਡੀ ਹੋ ਗਈ ਜੀ, 2.5 ਫੁੱਟ ਬਿੱਡ ਹੋ ਗਿਆ, 14 ਫੁੱਟ ਸਹਿਜ ਹੋ ਗਿਆ ਜੀ, 2,45,000 ਰੁਪਏ ਰੇਟ ਹੋ ਗਿਆ, 28+ ਇਹਦਾ ਵੇਟ ਹੋ ਗਿਆ ਜੀ। ਅੰਬਾਲਾ ਸ਼ਹਿਰ ਵੀਰ ਜੀ ਆਪਣੀ ਵਰਕਸ਼ਾਪ ਹੈ ਜੀ, ਭੇਵੇ ਰੋਡ 'ਤੇ, ਮੋਹਨ ਇੰਟਰਪ੍ਰਾਈਜ਼ ਟਰਾਲੀ ਐਗਰੀਕਲਚਰ ਅੰਬਾਲਾ। ਔਨਲਾਈਨ ਵੀ ਬੁੱਕ ਕਰ ਸਕਦੇ ਹੋ, ਆਪਣੇ ਕੋਲ ਪਹੁੰਚ ਕੇ ਬੁੱਕ ਕਰ ਸਕਦੇ ਹੋ ਵੀਰ ਜੀ। ਅਤੇ ਕਿਸੇ ਵੀਰ ਨੂੰ ਕੋਈ ਰੰਗ ਹੋਰ ਕਸ਼ਟ, ਕਈ ਵਾਰ ਕੋਈ ਹੋਰ ਵਰਾਇਟੀ ਚਾਹੀਦੀ ਹੋਵੇ, ਉਹ ਤੁਸੀਂ ਔਡਰ ਕਰ ਸਕਦੇ ਹੋ। 5 ਦਿਨ ਦਾ ਪ੍ਰੋਸੈਸ ਹੁੰਦਾ ਜੀ, 5 ਦਿਨ ਦੇ ਵਿੱਚ ਤੁਹਾਨੂੰ ਰੈਡੀ ਕਰਕੇ ਦੇ ਦਾਂਗੇ। ਮੋਬਾਈਲ ਨੰਬਰ ਆਪਣਾ ਡਿਸਕ੍ਰਿਪਸ਼ਨ ਤੋਂ ਚੱਕ ਸਕਦੇ ਹੋ ਵੀਰ ਜੀ, 7027777, ਦੁਬਾਰਾ 77781, 70-277-77-181। ਇਸ ਨੰਬਰ 'ਤੇ ਫੋਨ ਕਰਕੇ ਫੋਟੋਆਂ ਮੰਗਾ ਸਕਦੇ ਹੋ, ਟਰਾਲਿਆਂ ਦੀ ਵੀਡੀਓ ਮੰਗਾ ਸਕਦੇ ਹੋ, ਕੁਛ ਦੱਸਣਾ ਰਹਿ ਗਿਆ ਹੋਵੇ ਉਹ ਪੁੱਛ ਸਕਦੇ ਹੋ ਵੀਰ ਜੀ, ਲੋਕੇਸ਼ਨ ਮੰਗਾ ਸਕਦੇ ਹੋ। ਮੈਪ 'ਤੇ ਵੀ ਤੁਸੀਂ ਮੋਹਨ ਇੰਟਰਪ੍ਰਾਈਜ਼ ਭਰ ਕੇ, ਅੰਬਾਲਾ ਮੋਹਨ ਇੰਟਰਪ੍ਰਾਈਜ਼ ਭਰ ਕੇ ਆਪਣੇ ਕੋਲ ਪਹੁੰਚ ਸਕਦੇ ਹੋ, ਬਕਾਇਦਾ ਲੋਕੇਸ਼ਨ ਮੰਗਾ ਕੇ ਪਹੁੰਚ ਸਕਦੇ ਹੋ। ਜੇ ਕਈ ਵੀਰਾਂ ਦਾ ਫੋਨ ਨਹੀਂ ਚੱਕ ਹੁੰਦਾ, ਕਈ ਵਾਰ ਉਹ ਵਟਸਐਪ 'ਤੇ ਮੈਸੇਜ ਕਰਦਿਆ ਕਰੋ, ਆਪਾਂ ਦੇਖ ਕੇ ਆਪਣੇ ਆਪ ਤੁਹਾਨੂੰ ਰਿਪਲਾਈ ਦੇਵਾਂਗੇ, ਫੋਨ ਵੀ ਕਰਾਂਗੇ, ਫੋਟੋਆਂ ਭੇਜਾਂਗੇ, ਸਭ ਚੀਜ਼ ਦੱਸਾਂਗੇ। ਇਹ ਆਪਣਾ 12 ਫੁੱਟ ਦਾ ਰੇਟ ਹੋ ਗਿਆ ਵੀਰ ਜੀ, 1,95,000, 14 ਫੁੱਟ ਦਾ ਰੇਟ ਹੋ ਗਿਆ ਜੀ, 2,45,000। 14 ਫੁੱਟ ਦੀ ਬਾਡੀ 2.25 ਹੈ ਜੀ, ਬਿੱਡ 2.5 ਹੈ ਜੀ, ਅਤੇ ਵਜ਼ਨ 28+ ਹੈ ਜੀ, ਇਹਦਾ ਵਜ਼ਨ ਆਪਣਾ 23+ ਹੈ ਜੀ। ਵੀਡੀਓ ਦੇਖ ਪੂਰੀ ਦੇਖਿਆ ਕਰੋ ਵੀਰ ਜੀ, ਅਤੇ ਕਮੈਂਟ ਕਰਕੇ ਦੱਸਿਆ ਕਰੋ ਕਿੱਦਾਂ ਦੀ ਲੱਗੀ, ਅਤੇ ਲਾਈਕ ਸ਼ੇਅਰ ਵੀ ਦੱਬ ਕੇ ਕਰਿਆ ਕਰੋ ਜੀ। ਧੰਨਵਾਦ ਵੀਰ ਜੀ, ਸਤਿ ਸ਼੍ਰੀ ਅਕਾਲ ਜੀ।